ਅੱਜ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਵਿਖੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੀ ਹੋਈ ਮੀਟਿੰਗ ਵਿੱਚ ਸੁਣੋ ਕੀ ਕੀ ਫੈਸਲੇ ਹੋਏ। ਸਾਡੀ ਮੀਟਿੰਗ ਹੋਈ ਹੈ ਕਿ ਜੋ ਚੰਨੀ ਸਾਹਿਬ ਦੇ ਮਹਿਲਾ ਕਮਿਸ਼ਨ ਨੇ ਸਵਾਲ ਉਠਾਏ ਨੇ ਉਹਦੇ ਬਾਰੇ ਚਰਚਾ ਹੋਈ ਆ, ਔਰ ਨਾਲ ਹੀ ਇਹ ਵੀ ਹੋਇਆ ਕਿ ਮਹਿਲਾ ਕਮਿਸ਼ਨ ਇੱਕ ਕਨਸਟੀਟਿਊਸ਼ਨਲ ਬਾਡੀ ਆ, ਉਹ ਪੋਲੀਟੀਕਲ ਬਾਡੀ ਨਹੀਂ ਹੁੰਦੀ। ਜਿਸ ਵੇਲੇ ਕੋਈ ਕਮਿਸ਼ਨ ਦਾ ਮੈਂਬਰ ਬਣ ਜਾਂਦਾ ਜਾਂ ਚੇਅਰਮੈਨ ਬਣ ਜਾਂਦਾ, ਉਹ ਕਿਸੇ ਪਾਰਟੀ ਦਾ ਜਾਂ ਗਵਰਨਮੈਂਟ ਦੇ ਅੰਡਰ ਨਹੀਂ ਹੁੰਦਾ। ਉਹਦੇ 'ਚ ਮੈਂ ਆਪਣੀ ਭੈਣ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਉਹਨਾਂ ਇੰਟਰਵਿਊ ਦਿੱਤੀ ਆ ਜਾਂ ਚੈਨਲਾਂ ਸਾਹਮਣੇ ਆਏ ਨੇ, ਅਤੇ 2018 'ਚ ਇਹ ਜਿਹੜਾ ਐਪੀਸੋਡ ਹੋਇਆ ਸੀ, 3 ਸਾਲ ਬਾਅਦ ਉਹਦੀ ਯਾਦ ਕਿਉਂ ਆਈ ਆ? ਜਿਹੜੇ ਪੰਜਾਬ ਦੇ ਵਿੱਚ ਕੋਈ ਗੈਂਗ ਰੇਪ ਹੋਏ ਨੇ ਜਾਂ ਕੋਈ ਹੋਰ ਮਹਿਲਾ ਦੇ ਉੱਤੇ ਤਸ਼ੱਦਦ ਹੋਏ ਨੇ, ਇਸ ਕਮਿਸ਼ਨ ਨੇ ਹੁਣ ਤੱਕ ਉਹਨਾਂ 'ਤੇ ਕਿਉਂ ਨਹੀਂ ਕੋਈ ਚੱਕੀ ਗੱਲ, ਜਿਸ ਦੇ ਵਿੱਚ ਕੰਪਲੇਨੈਂਟ ਕੋਈ ਨਹੀਂ, ਕਿਸੇ ਦੀ ਗੱਲ ਕੋਈ ਨਹੀਂ, ਉਸ ਮੁੱਦੇ ਨੂੰ ਚੁੱਕਣਾ ਬੜੀ ਬਦਕਿਸਮਤੀ ਆ। ਲੜਾਈ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਨਤੀਆਂ ਬਾਰੇ ਆ, ਲੜਾਈ ਸਾਡੀ ਜੋ ਸਾਡੇ ਇਲੈਕਸ਼ਨ ਦੇ ਵਿੱਚ ਮੈਨੀਫੈਸਟੋ ਦੇ ਵਿੱਚ ਅਸੀਂ ਡਰੱਗਸ ਦੇ ਉੱਤੇ, ਅਸੀਂ ਇਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਪਰ ਜਿਹੜੀ ਗੱਲ ਹੋਈ ਆ ਉਹਦੇ ਤੋਂ ਦੂਜਾ ਸਾਡਾ ਕੋਈ ਸਟੈਪ ਨਹੀਂ। ਅਸੀਂ ਇਹੋ ਹੀ ਕਿਹਾ ਜਿਹੜੀ ਅੰਦਰ ਵੀ ਗੱਲ ਕੀਤੀ ਆ ਕਿ ਜਿਸ ਦਿਨ ਮੈਂ ਬਰਗਾੜੀ 'ਚ ਗਿਆ, ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਮੇਸ਼ਾ ਹੀ ਜਿਹੜੀ ਉੱਥੇ ਮੀਟਿੰਗ ਕਰਦੇ ਰਹੇ ਨੇ, ਔਰ ਉਹ ਆਪਣੇ ਹਿਸਾਬ ਨਾਲ ਸਾਰਿਆਂ ਨਾਲ ਉਹਨਾਂ ਦੀ ਮੀਟਿੰਗਸ ਹੋਈ। ਲਾਸਟ ਜਿਹੜੀ ਬਰਗਾੜੀ 'ਚ ਜਿਸ ਵੇਲੇ ਉਹਨਾਂ ਨੂੰ ਉਠਾਉਣ ਦੀ ਗੱਲ ਆਈ, ਅਤੇ ਉਸ ਦਿਨ ਮੈਨੂੰ ਕੈਪਟਨ ਸਾਹਿਬ ਨੇ ਭੇਜਿਆ ਔਰ ਨਾਲ ਇਹ ਕਿਹਾ ਕਿ ਉਹਨਾਂ ਦੇ ਨਾਲ ਵਾਅਦਾ ਕਰਕੇ ਆਇਓ ਕਿ ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾਵਾਂ ਵੀ ਦਵਾਵਾਂਗੇ ਔਰ ਸਲਾਖਾਂ ਦੇ ਪਿੱਛੇ ਵੀ ਕਰਾਂਗੇ। ਮੇਰੇ ਮਨ 'ਚ ਜਿਸ ਵੇਲੇ ਮੇਰੇ ਘਰ ਦੇ ਬਾਹਰ ਇਹਨਾਂ ਨੇ ਧਰਨਾ ਲਾਇਆ, ਜਿਹੜੇ ਬੇਅਦਬੀ ਜਿਹੜੀ ਉਹਨਾਂ ਦੇ ਸੰਤ ਮਹਾਤਮਾ ਜਿਹੜੇ ਆਏ, ਸੰਤ ਸਮਾਜ ਆਇਆ, ਅਤੇ ਜਿਸ ਵੇਲੇ ਉਹਨਾਂ ਨੇ ਇਹ ਸ਼ਬਦ ਲਾਇਆ ਸੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਅਤੇ ਮੇਰਾ ਖਿਆਲ ਹੈ ਕਿ ਕੋਈ ਜ਼ਮੀਰ ਵਾਲਾ ਆਦਮੀ ਉਹਦੇ ਤੋਂ ਬਾਅਦ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਵੱਖ ਵੱਖ ਤਰੀਕੇ ਨਾਲ ਤੁਲਨਾ ਕੀਤੀ ਉਸ ਸ਼ਬਦ ਦੇ ਵਿੱਚ, ਤਾਂ ਮਨ ਨੂੰ ਠੇਸ ਜ਼ਰੂਰ ਪਹੁੰਚਦੀ ਹੈ। ਅੱਜ ਜਿਸ ਵੇਲੇ ਹਾਈ ਕੋਰਟ ਨੇ ਇਹਨਾਂ ਚੀਜ਼ਾਂ ਨੂੰ ਰਿਜੈਕਟ ਕਰ ਦਿੱਤਾ, ਤਾਂ ਉਹਦੇ ਵਿੱਚ ਜਿਹੜੀ ਕੈਬਨਿਟ ਦੇ ਵਿੱਚ ਗੱਲਾਂ ਹੋਈਆਂ ਜਾਂ ਜੋ CM ਸਾਹਿਬ ਨੇ ਗੱਲ ਕੀਤੀ, ਉਹ ਮਨ ਨੂੰ ਠੇਸ ਵੀ ਲੱਗੀ। ਔਰ ਉਹਦੇ ਬਾਅਦ ਇਸ ਚੀਜ਼ ਨੂੰ ਰੋਕਣ ਦੀ ਬਜਾਏ ਇਸ ਚੀਜ਼ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਸਾਨੂੰ ਕੋਈ ਪੁੱਛਦਾ ਤੁਹਾਡੀ ਗਿਣਤੀ ਕਿੰਨੀ ਆ, ਤੁਸੀਂ ਕਿੰਨੇ ਜਾਣੇ ਹੋ, ਤੁਸੀਂ ਪ੍ਰੈਸ ਵਾਲੇ ਇਹੋ ਹੀ ਕਰਦੇ ਹੋ। ਇੱਕ ਤੁਹਾਨੂੰ ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਗੁਰੂ ਸਾਹਿਬ ਨੇ ਇੱਕੋ ਹੀ ਗੱਲ ਕਹੀ ਸੀ, 1.25 ਲੱਖ ਸੀ ਏਕ ਲੜਾਉਂ, ਤੇ ਜੇ ਇੱਕ ਵੀ ਰਹਿ ਜਾਗੇ ਗੁਰੂ ਲਈ ਲੜਦੇ ਰਹਾਂਗੇ। ਮੇਰੀ ਸੁਖਜਿੰਦਰ ਸਿੰਘ ਰੰਧਾਵੇ ਦੀ ਮੈਂ ਜਾਂਚ ਤੋਂ ਡਰਦਾ ਤੇ ਨਾ ਮੈਂ ਜੇਲ੍ਹ 'ਚ ਜਾਣ ਤੋਂ ਡਰਦਾ। ਇਹ ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਕਹਿ ਦੇਣੀ ਚਾਹੁੰਦਾ ਕਿ ਜੇਲ੍ਹਾਂ ਇਨਸਾਨਾਂ ਲਈ ਬਣੀਆਂ ਹੁੰਦੀਆਂ ਨੇ, ਜੇਲ੍ਹ ਡੰਗਰਾਂ ਲਈ ਨਹੀਂ ਬਣੀ। ਅਤੇ ਜੇ ਇਹੋ ਹੀ ਚਾਹੁੰਦੇ ਆ ਕਿ ਜਿਨ੍ਹਾਂ ਲਈ ਜੇਲ੍ਹ ਵਾਅਦਾ ਕਰਕੇ ਆਏ ਹਾਂ, ਜਿਨ੍ਹਾਂ ਦੇ ਅਗੇਂਸਟ ਵਿਜੀਲੈਂਸ ਦੇ ਕੇਸ ਖੋਲ੍ਹਣ ਦੇ ਵਾਅਦੇ ਕਰਕੇ ਆਏ ਹਾਂ, ਅਤੇ ਜੇ ਆਪਣੀ ਪਾਰਟੀ ਵਾਲੇ ਚੀਜ਼ ਆ ਜਾਏਗੀ ਤਾਂ ਮੈਂ ਇਹਦਾ ਵੈਲਕਮ ਕਰਾਂਗਾ। ਔਰ ਮੈਂ ਇੱਕ ਦਿਨ ਵੀ ਇਹ ਨਹੀਂ ਕਰਾਂਗਾ, ਮੈਂ ਸਿੱਧਾ ਵਿਜੀਲੈਂਸ ਦੇ ਆਫਿਸ 'ਚ ਜਾ ਕੇ ਆਪਣੇ ਆਪ ਨੂੰ ਅਰੈਸਟ ਲਈ ਪੇਸ਼ ਕਰਾਂਗਾ। ਜੋ ਮੈਂ ਕਹਿਣਾ ਚਾਹੁੰਦਾ ਦੇਖੋ, ਧਮਕੀਆਂ ਦੇਣੀਆਂ ਇਹ ਕਾਂਗਰਸ ਪਾਰਟੀ ਦੀ ਰਵਾਇਤ ਨਹੀਂ। ਸਾਡੀ ਪਾਰਟੀ ਦੀ ਜੇ ਪਿਛੋਕੜ ਦੇਖਿਆ ਜਾਏ, ਅੰਗਰੇਜ਼ਾਂ ਨਾਲ ਲੜਾਈਆਂ ਲੜੀਆਂ, ਅੱਤਵਾਦ 'ਚ ਲੜੀ, ਅਤੇ ਹੁਣ ਜਿਸ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਲੜਾਈ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਆ, ਇਸ ਲੜਾਈ ਨੂੰ ਡਾਇਵਰਟ ਕੀਤਾ ਜਾ ਰਿਹਾ। ਬੜੀ ਬਦਕਿਸਮਤੀ ਵਾਲੀ ਗੱਲ ਆ ਕਿ ਇਹਦੀ ਜਿਹੜੀ ਗੱਲ ਉੱਧਰ ਨੂੰ ਜਾਣ ਦੀ ਬਜਾਏ ਪਤਾ ਨਹੀਂ ਕੌਣ ਇਹਦੇ 'ਚ ਕੌਨਸਪਰੇਸੀ ਕਰਕੇ ਕਿ ਉਸ ਬੇਅਦਬੀ ਦੀਆਂ ਗੱਲਾਂ ਨੂੰ
ਸਾਈਡ ਤੇ ਕਰਕੇ ਤੇ ਦੂਸਰੇ ਪਾਸੇ ਸਾਈਡ ਟਰੈਕ ਕੀਤਾ ਜਾ ਰਿਹਾ ਇਹ ਨਹੀਂ ਹੋਣਾ ਚਾਹੀਦਾ ਸੁਲਝਾਉਣਾ ਨਹੀਂ ਚਾਹ ਰਹੇ ਮਸਲੇ ਨੂੰ ਹੱਲ ਬਾਤ ਤੁਹਾਡਾ ਹੋ ਨਹੀਂ ਰਹੀ ਨਰਨਾਵਾ ਸਾਹਿਬ ਕੈਪਟਨ ਸਾਹਿਬ ਸੁਲਝਾਉਣਾ ਨਹੀਂ ਚਾਹ ਰਹੇ ਮਸਲੇ ਨੂੰ ਇਹ ਉਹਨਾਂ ਕੋਲ ਪੁੱਛੋ ਸੋ ਦੇਖਿਆ ਤੁਸੀਂ ਕਿ ਬੇਅਦਬੀ ਦੇ ਮਾਮਲੇ ਨੂੰ ਵੀ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਮਹਿਲਾ ਕਮਿਸ਼ਨ ਦੇ ਖਿਲਾਫ ਜੋ ਉਹਨਾਂ ਨੇ ਮੋਰਚਾ ਖੋਲਿਆ ਉਹ ਵੀ ਗਲਤ ਦੇਖੋ देखो बेसिकली असी चन्नी जी नू मिलन आए सीगे और उहदे विच खास करके जिहड़ा ए चन्नी जी वल मामला जिहड़ा लिआंदा गया बेसिकली तीन साल पहलां दी गल हैगी आ और एक जिहड़ी महिला कमिशन दी चेयरपर्सन जिहड़ा कॉन्स्टिट्यूशनल पोस्ट ते हुंदा वो कदी भी धरनियां दी गल नहीं करदा हुंदा ते कदी भी खुद पार्टी हाई कमांड की गल नहीं करता हों क्योंकि जो तुम कॉन्स्टिट्यूशनल अहदे पर है तो फिर ये सारिया चीज़ा जो थोड़े नाल नहीं लगदियां ते उहदे तो बाद हाई कोर्ट ते सुप्रीम कोर्ट मैनू लगता इन्हां नू अपडेट कर लेनी चाहिए नॉलेज भी ता कि जे किसी बंदे नू किसी दे अगेंस्ट कुछ कहाउणा भी आ ते कम से कम उहनू नॉलेज तो होवे उस गल की क्योंकि मैनू नहीं लगता इदां दी गल सानू करनी चाहिए आ सो ये तो अनफॉर्चुनेट हैगा मैं कल भी अपनी प्रेस कॉन्फ्रेंस के गल कही सी भी जिधर नू इसे तोर लिया हैगा ये बड़ी अनफॉर्चुनेट गल है नहीं नहीं देखो फोन वगैरह आते रहते हैं देखो यार आपां नॉर्मल सरकमस्टांस गल करिए क्योंकि आ जिहड़ी गल हैगी मैनू तो यह ठीक नहीं लगती क्योंकि जिहड़ी असी बेसिकली लड़ाई कोई नहीं हैगी लड़ाई कांग्रेस की इंटरनल कोई किसी किस्म की तुम कहो जी दो फाड़ होगी जी इदा होगी जी इदा होगी जी ना किसी नूं लाउण की लड़ाई हैगी आ लड़ाई तो यह आ बेसिकली भी आप जिहड़ियां चीज़ां करनियां चाहुंदे सी जिधर नूं सानूं एनर्जी लाउणी चाहीदी सी पॉजिटिव असी वो लाउण की बजाय असी नैगेटिव पासे नूं लाउण लग पए गलत है यार ये तो बेसिकली 1978 तो ही होंदी आई आ मैं तो कहना कि पोलीटिकल बंदियां नूं अक्रॉस द पार्टी लाइन जिहड़ियां ये अथॉरिटीज़ आ इन्हां दी जिहड़ी अथॉरिटी आ उहनूं किते ना किते कमजोर नहीं करना चाहिए चलो मैं देखो गल जिहड़ी मैं गल कहना मैं किसी मैं अदरवाइज मैनूं बहुत वारी अपरचुनिटी मिलती आ मीडिया के सामने आउण दी मैं 10 साल हिंदुस्तान का कप्तान रहा मैनू इस चीज़ की कभी कोई भुख नहीं है ना मैं कभी इदा की गल होशी करता है लेकिन मीटिंग नहीं मीटिंग दे विच ता कुछ कैम एल एज इदा के सी जिन्हों के कोई कम सी चन्नी जी को सुखजिंदर रंधावा जी नहीं मंत्री तो बेसिकली यार आप हर चीज़ में क्यों इस गलते लै जाने भी जे असी कि मान लो सपोज मैं सवेरे ब्रह्म जी को भी चाह पी के आया हुण तुसीं कहोगे भी हाँ भी तू ब्रह्म जी को भी चाह पी के आया यार इदा तो नहीं गल आप गल करिए।